ਪੰਜਾਬ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਮਹਾਮਾਰੀ ਦੇ ਚਲਦਿਆਂ ਰਾਸ਼ਨ ਆਦਿ ਵੰਡਿਆ ਜਾ ਰਿਹਾ ਅਤੇ ਸਰਕਾਰ ਤੇ ਕੁਝ ਹੋਰ ਸਮਾਜ ਸੇਵੀਆਂ ਵੱਲੋਂ ਗਰੀਬਾਂ ਦੀ ਹਰ ਪੱਖੋਂ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਕੁਝ ਲੋਕਾਂ ਵੱਲੋਂ ਰਾਸ਼ਨ ਤੇ ਵੰਡ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਹਲਕਾ ਤਲਵੰਡੀ ਸਾਬੋ ਤੋਂ ਆਪ ਪਾਰਟੀ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮਹਾਮਾਰੀ ਦੇ ਚਲਦਿਆਂ ਗਰੀਬਾਂ ਤੇ ਜ਼ਰੂਰਤਮੰਦ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਰਾਸ਼ਨ ਦੀ ਵੰਡ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਬਹੁਤੇ ਜ਼ਰੂਰਤਮੰਦ ਲੋਕਾਂ ਤੱਕ ਹਾਲੇ ਤੱਕ ਰਾਸ਼ਨ ਨਹੀਂ ਪਹੁੰਚਿਆ, ਸਰਕਾਰ ਨੂੰ ਧਿਆਨ ਨਾਲ ਵੰਡਣ ਦੀ ਲੋੜ ਹੈ। ਦੇਖੋ, ਇੱਕ ਜਿਹੜਾ ਕਰੋਨਾ ਵਰਗੀ ਮਹਾਮਾਰੀ ਦਾ ਪ੍ਰਕੋਪ ਮੈਂ ਕਹੂੰਗੀ ਕਿ ਪੂਰੀ ਦੁਨੀਆ 'ਤੇ ਇਸ ਵੇਲੇ ਚੱਲ ਰਿਹਾ ਹੈਗਾ, ਪੂਰੀ ਦੁਨੀਆ 'ਤੇ ਛਾਇਆ ਹੋਇਆ, ਅਤੇ ਇਹਦੇ ਨਾਲ ਨਾਲ ਭਾਵੇਂ ਮੋਦੀ ਸਰਕਾਰ ਦੇ ਜਾਂ ਫਿਰ ਪੰਜਾਬ ਸਰਕਾਰ ਦੇ ਮਤਲਬ ਚੰਗੇ ਅਨਾਊਂਸਮੈਂਟਸ ਨੇ ਕਿ ਕਰਫਿਊ ਦਾ ਐਲਾਨ ਕੀਤਾ ਅਤੇ ਫਿਰ ਲੋਕਡਾਊਨ ਦਾ ਅਨਾਊਂਸ ਕੀਤਾ, ਅਤੇ ਇਹਦੇ ਨਾਲ ਮਤਲਬ ਮੈਂ ਦੇਖਣ ਨੂੰ ਮਿਲ ਰਿਹਾ ਕਿ ਸਾਰੇ ਜਿਹੜੇ ਸਾਡੇ ਦੇਸ਼ ਦੇ ਵਾਸੀ ਆ, ਪੰਜਾਬ ਦੇ ਵਾਸੀ ਆ, ਉਹ ਕਰਫਿਊ ਦੀ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਕਰ ਰਹੇ ਹਾਂ, ਹੈ ਨਾ। ਪਰ ਕਿਤੇ ਨਾ ਕਿਤੇ ਜਿਹੜੀਆਂ ਕੁਝ ਕਮੀਆਂ ਨੇ ਜਿਹੜੀਆਂ ਉਹ ਹਲੇ ਵੀ ਕਈ ਪੱਖ ਤੋਂ ਨਜ਼ਰ ਆ ਰਹੀਆਂ ਨੇ। ਬੇਸ਼ੱਕ ਸਰਕਾਰ ਆਪਣਾ ਪੂਰਨ ਯੋਗਦਾਨ ਇਹਦੇ 'ਚ ਪੂਰਨ ਜਿਹੜਾ ਰੋਲ ਆ ਪਲੇ ਕਰ ਰਹੀ ਹੈ ਕਿ ਰਾਸ਼ਨ ਅਸੀਂ ਹਰ ਘਰ ਤੱਕ ਮੁਹੱਈਆ ਕਰਾ ਦਈਏ ਜਿਹੜੇ ਲੋੜਵੰਦ ਪਰਿਵਾਰ ਨੇ, ਪਰ ਕਈ ਪਰਿਵਾਰ ਐਸੇ ਨੇ ਜਿਨ੍ਹਾਂ ਤੱਕ ਹਾਲੇ ਵੀ ਜਿਹੜਾ ਰਾਸ਼ਨ ਨਹੀਂ ਪਹੁੰਚ ਪਾਇਆ। ਸੋ ਮੇਰੀ ਇਹਦੇ 'ਚ ਇੰਨੀ ਕੁ ਸੰਵੇਸ਼ਨ ਆ ਕਿ ਜਿੱਥੇ ਸਰਕਾਰ ਇੰਨੇ ਕੁ ਸਟੈਪਸ ਲੈ ਰਹੀ ਆ ਕਿ ਅਸੀਂ ਕਿਵੇਂ ਲੋਕਾਂ ਤੱਕ ਰਾਸ਼ਨ ਮੁਹੱਈਆ ਕਰਾਈਏ, ਕਿਵੇਂ ਅਸੀਂ ਲੋਕਾਂ ਤੱਕ ਰਾਸ਼ਨ ਪਹੁੰਚਦਾ ਕਰੀਏ। ਸੋ ਮੇਰੀ ਇੰਨੀ ਕੁ ਸੰਵੇਸ਼ਨ ਆ ਕਿ ਸਰਕਾਰ ਥੋੜ੍ਹਾ ਜਿਹਾ ਇਹਨੂੰ ਹੋਰ ਬਰੀਕੀ ਨਾਲ ਲਵੇ ਤਾਂ ਕਿ ਜਿਹੜੇ ਵਾਕਈ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਰਾਸ਼ਨ ਪਹੁੰਚਦਾ ਹੋ ਜਾਵੇ, ਨਾ ਕਿ ਇਹ ਹੋਵੇ ਕਿ ਰਾਸ਼ਨ ਜਿਹੜਾ ਉਹ ਵਿਚਾਲੇ ਹੀ ਰਹਿ ਜਾਵੇ। ਡਾਕਟਰਾਂ ਦੀ ਸਮੱਸਿਆ ਆ ਰਹੀ ਹੈ, ਉਹਨੂੰ ਕਿੱਟਾਂ ਨਹੀਂ ਮਿਲਦੀਆਂ, ਜਿਸ ਤਰ੍ਹਾਂ ਕਿ ਤੁਹਾਨੂੰ ਲੱਗਦਾ ਨਹੀਂ? ਹਾਂ, ਮੈਂ ਉਹੀ ਗੱਲ ਕੀਤੀ ਹੈ। ਦੇਖੋ, ਅੱਜ ਵੀ ਜਿਹੜੇ ਆ ਭਾਵੇਂ ਉਹ RMP ਡਾਕਟਰਸ ਨੇ ਜਾਂ ਜਿਹੜੇ ਡਾਕਟਰਸ ਅੱਜ ਵੀ ਔਨ ਡਿਊਟੀ ਨੇ ਜਿਹੜੇ ਕੰਮ ਕਰ ਰਹੇ ਨੇ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਸ ਸਮਾਜ ਦੇ ਵਿੱਚ। ਉਹ ਇੱਕ ਮਨੁੱਖਤਾ ਦਾ ਇੱਕ ਸੱਚਮੁੱਚ ਜਿਹੜਾ ਅੱਜ ਰੋਲ ਅਦਾ ਕਰ ਰਿਹਾ, ਜਿੱਥੇ ਕਿ ਸਾਡੇ ਸਾਰਿਆਂ ਲਈ ਕੰਸਟਰਕਸ਼ਨ ਆ, ਲੋਕਡਾਊਨ ਆ ਕਿ ਅਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲਣਾ, ਅਤੇ ਉਹਦੇ ਬਾਵਜੂਦ ਡਾਕਟਰਸ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਦੇ ਬਾਵਜੂਦ ਪੰਜਾਬ ਪੁਲਿਸ ਆਪਣੀਆਂ ਸੇਵਾਵਾਂ ਨਿਭਾ ਰਹੀ ਆ। ਸੋ ਜਿਹੜੇ ਜਿਹੜੇ ਕਈ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਮੰਡੀ ਦੇ ਵਿੱਚ, ਸਬਜ਼ੀ ਮੰਡੀ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ। ਸੋ ਮਤਲਬ ਮੈਂ ਕਹੂੰਗੀ ਕਿ ਹਰ ਪੱਖ 'ਤੇ ਜਿੱਥੇ ਜਿੱਥੇ ਜਿਹਦੀ ਡਿਊਟੀ ਲੱਗੀ ਉਹ ਆਪਣਾ ਰੋਲ ਪਲੇ ਕਰ ਰਹੇ ਆ। ਠੀਕ ਹੈ, ਤੁਸੀਂ ਗੱਲ ਕੀਤੀ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਭਾਵੇਂ ਉਹ ਰਾਸ਼ਨ ਦੀ ਗੱਲ ਆ, ਭਾਵੇਂ ਉਹ ਕਿੱਟਾਂ ਦੀ ਗੱਲ ਆ, ਮਤਲਬ ਕਿਤੇ ਨਾ ਕਿਤੇ ਸਰਕਾਰ ਇਹਨੂੰ ਹੋਰ ਬਰੀਕੀ ਨਾਲ ਦੇਖੇ, ਹੋਰ ਬਰੀਕੀ ਨਾਲ ਇਹਦੇ 'ਤੇ ਕੰਮ ਕਰਨ ਦੀ ਸਾਨੂੰ ਲੋੜ ਆ, ਅਤੇ ਅਸੀਂ ਆਲਵੇਜ਼ ਤਿਆਰ ਹਾਂ ਜਿੱਥੇ ਸਾਡੀ ਲੋੜ ਆ ਸਰਕਾਰ ਨੂੰ, ਵੀ ਆਰ ਆਲਵੇਜ਼ ਤਿਆਰ, ਸਾਨੂੰ ਦੱਸੇ, ਅਸੀਂ ਹਰ ਕੰਮ ਦਾ ਹਰ ਪੱਖ ਤੋਂ ਸਹਿਯੋਗ ਦੇਣ ਲਈ। ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ।
ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।